भी काम में ही चलू चले ना पर ओला नहीं चल गया यार क्यों की कर रही जे मैं कह दी भी हां कुड़ी ना गल बन जो गल बनी ही नहीं हजे तू दे कली जीन पवा अच्छा उत्तो पवा दे गुड़ा टॉप हां फेर गल बनो दूरों चौके कार तो आंदा नहीं यार अज ही आऊगा गल पक्की यार लाल टमाटर वर्गी पई है ना और जान नहीं करदी यार और एक गल हो रहा है मैं तो साडे रिश्तेदारां नूं भी कहना हुण भी जिहड़ी गड्डी धोणी आपां इत्थे धोणी है मां दे पुत्त चिप कढ दे गड्डी दा रगड़ा रगड़ मैं भी करदा यार साडे तों लियाओ गड्डी और होर सफाई बहुत है काम कर दी अरे बंदे भी खैर साऊ रखे हुए ने ना सही गल है दोरे चट्टे सही गल है कह जागा जी लगदा थे आज ही कर दो घंटे बैठी रही और ओ नाले कल कहने में धमाके देना ओ कल दी की दसा फोन तैनू मैं कल ही कीता सीगा ते बुक करन लगे हुन बुक करे ते बनानी तो देखे सही पठ दा मेला ता लग्या पया आ कट्टो कट 8वीं 9वीं दा बद 10वीं गड्डी होवे ओ होर लैणा लगी पेन सवेर दी धोण वाले दीआं अबे टोकन लग के करनगे गल होर है ਆਈ ਸਾਰੇ ਇਹਦੇ ਕਰਕੇ ਮੈਡਮ ਕਰਕੇ ਗੱਲ ਪੱਕੀ ਆ ਹਨਾ ਹੋਣੀ ਵਾਲੀ ਆ ਕੀ ਕਰੇ ਬੰਦਾ ਜੀਆ ਲੱਗਿਆ ਰਹਿੰਦਾ ਹੋਰ ਉਹ ਲਾਣਾ ਮੈਨੂੰ ਵੀ ਗੱਡੀ ਲੈਣੀ ਪੂ ਤੈਂ ਗੱਡੀ ਕੀ ਕਰਨੀ ਹੁਣ ਉਹ ਤਵਾ ਲਿਆ ਕਰਾਂ ਕਦੇ ਪਰ ਮੈਂ ਧਵਾਉਣ ਖਾਤੇ ਗੱਡੀ ਹੋਰ ਵੀ ਹੱਦੀ ਕਰਦਾ ਇੰਨੇ ਥੋੜੇ ਲੋਕ ਨੇ ਯਾਰ ਜੀ ਹੋਰ ਕਰਾਂ ਇਹ ਕਰਾਂ ਆਪਦੀ ਬੀਹਰ ਨੂੰ ਸਾਰਿਆਂ ਨੂੰ ਕਹਦੇ ਵੀ ਤੁਹਾਡੀ ਗੱਡੀ ਤਵਾ ਕੇ ਮੈਂ ਲਿਆ ਕਰੂੰ ਹਾਂ ਇਹ ਗੱਲ ਹੈਗੀ ਆ ਆਪਾਂ ਕੁਝ ਕਰਾਂ ਹਾਂ ਕਰ ਲੈਣੇ ਆ ਐਂ ਤਾਂ ਆਪਾਂ ਲੁੱਟੇ ਜਾਵਾਂਗੇ ਸਹੀ ਗੱਲ ਹੈ ਐਂ ਕਰਿਓ ਜੀ 5-10 ਮਿੰਟ ਇਧਰ ਉਧਰ ਜਾਣਗੇ ਕੋਈ ਚੱਕਰ ਨਹੀਂ ਪਰ ਦਾਗ ਨਾ ਰਹੀ ਹੈ ਗੱਡੀ ਤੇ ਹਾਂ ਚੰਗੀ ਤਰ੍ਹਾਂ ਧੋ ਦਿਓ ਚੰਗੀ ਤਰ੍ਹਾਂ ਧੋ ਦਿਓ ਆ ਥੱਲੇ ਥੱਲੇ ਧੂਏ ਵਾਲੇ ਦੇ ਇਧਰ ਮਾੜਾ ਮੋਟਾ ਮਾਰ ਦਿਓ ਜੀ ਐ ਕਰੋ ਤੁਸੀਂ ਆਪੇ ਮਾਰ ਲਓ ਤੇ ਐ ਤਾਂ ਚੱਲ ਤੁਸੀਂ ਧੋ ਦਿਓ ਕੋਈ ਨਾ ਐ ਤਾਂ ਹੁਣ ਦੱਸਣਾ ਹੈ ਕਿ ਹੋਰ ਤਾਂ ਕੋਈ ਗੱਲ ਨਹੀਂ ਬਸ ਤੁਸੀਂ ਜਾ ਕੇ ਬਹਿ ਜਾ ਮੈਂ ਆਪੇ ਧੋ ਦੂੰਗੀ ਹਾਂ ਵਧੀਆ ਧੋਇਓ ਫੇਰ ਗਾਹਣ ਤਾਂ ਹੀ ਆਵਾਂਗੇ ਮੈਨੂੰ ਪਤਾ ਬੇਸ਼ੱਕ ਮੈਂ ਨਾ ਵੀ ਚੱਜ ਨਾਲ ਧੋ ਕੇ ਭੇਜਾਂ ਪਰ ਪੱਕਾ ਪਤਾ ਵੀ ਤੁਸੀਂ ਆਉਂਗੇ ਜ਼ਰੂਰ ਉਹਦਾ ਭੜਕੀ ਗਈ ਸੀ ਕੀ ਫੇਰਦਾ ਨਾ ਇਹਦਾ ਫੁਹਾਰਾ ਮੇਰੇ ਕਿਨ ਕਰਦਾ ਜੀ ਤਾਂ ਬੱਜੀ ਤੇਜ ਹੈ ਨਾਫਰਾ ਵਾਲਾ ਓਏ ਬਸ ਆਵਾਜ਼ ਆਈ ਜੀ ਇਹ ਲੱਗਿਆ ਨਹੀਂ ਜੀ ਇਹ ਲੱਗਿਆ ਪਿਆ ਸਾਰੇ ਕਾ ਬੰਨ ਜਾ ਚਾਹੇ ਅੱਜ ਧਵਾ ਲਈ ਗੱਡੀ ਹੱਥ ਨੇ ਫੇਰ ਧਵਾ ਕੇ ਲੱਗੇ ਆਪਾਂ ਇੱਥੇ ਰਿਆ ਕਰਨਾ ਮਾਰ ਤੂੰ ਮਾਰ ਜਾ ਹੁਣ ਮਾਰ ਉਹ ਨਾ ਮਾਰੇ ਤਾਂ ਆ ਪ੍ਰੈਸਰਾ ਉਹ ਗੋਲੀ ਕੱਢਣੀ ਕਰਤੀ ਬਸ ਮੇਰੇ ਦੋ ਕਿ ਗੱਡੀਆਂ ਰਹਿ ਗਈਆਂ ਯਾਰ ਦੋ ਤੋਂ ਬਾਅਦ ਫਿਰ ਭਾਈ ਤੂੰ ਪਹਿਲਾਂ ਆਇਆ ਤੂੰ ਹੀ ਧਵਾ ਲਈ दोबारा धवा लांगे तवेची
ਬਾਈ ਜੀ ਹਾਂਜੀ ਜਿਹੜੀ ਕਾਰ ਵਾਸ਼ ਕਰਨੀ ਸੀ ਉਹ ਤਾਂ ਮੈਂ ਕਰਤੀ ਹੁਣ ਦੱਸ ਦਿਓ ਹੋਰ ਕੀ ਧੋਣਾ ਆ ਬਸ ਆ ਦੋਨੇ ਭਾਈ ਬੈਠੇ ਨੇ ਜਾ ਵੀਰੇ ਫਿਰ ਦੇਖੋ ਤੁਹਾਡੇ ਤੋਂ ਕਿਹਨੇ ਜਾਵੇਗਾ ਪਹਿਲਾਂ ਮੇਰੇ ਆ ਦੀਪੂ ਦੇਖ ਬਾਈ ਫਿਰ ਤੂੰ ਦੇਖ ਲੈ ਯਾਰ ਫਿਰ ਟਾਈਮ ਬਾਹਰ ਹੋ ਜਾਂਦਾ ਤੇਰਾ ਟਰੈਕਟਰ ਇਹਨੇ ਜਾਵੇ ਇਹਦੀ ਗੱਡੀ ਮੈਂ ਤਾਂ ਸਾਹ ਨੂੰ ਜਾਣਾ ਤੂੰ ਕਹ ਲੈ ਨਾ ਮੈਂ ਸਾਹ ਜੇ ਤੁਸੀਂ ਦੋਨਾਂ ਨੇ ਨਹੀਂ ਕਰਵਾਉਣਾ ਕੁਝ ਫਿਰ ਸਰ ਮੈਂ ਆਰਾਮ ਕਰ ਲਾ ਥੋੜੀ ਦੇਰ ਥੱਕ ਗਈ ਆ ਮੈਂ ਕੱਲ ਪੈ ਜਾਂਦੇ 2 ਘੰਟੇ ਯਾਰ ਮੈਂ ਕਿਵੇਂ ਹੈ ਦੀਪੋ ਕੇ ਪੈ ਜਾਂਦੇ ਦੇਖੀ ਯਾਰ ਗੱਲਾਂ ਕਿਹੇ ਕਰਦਾ ਕੰਮ ਦਾ ਟਾਇਰ ਹੈ ਯਾਰ ਦਰਦ ਬਾਤ ਪਾਉਂਗਾ ਹੈ ਦਰਦ ਬਾਤ ਪਾਉਂਗਾ ਉਹ ਤੋਂ ਫਮੀ ਨਹੀਂ ਹੈਗੀ ਮੇਰੇ ਅੱਜ ਤਾਂ ਕੋਈ ਨਹੀਂ ਕੋਈ ਗੱਲਾਂ ਹੋਈ ਬੈਠਾ ਵੀ ਬੰਦਾ ਕਾਰਾ ਸੇ ਨਹੀਂ ਹੋਗਾ ਲੈ ਫਿਰ ਤੂੰ ਮੰਨ ਲੈ ਹੁਣ ਬਾਈ ਬਣ ਗਿਆ ਪਹਿਲੇ ਦਿਨ ਦਾ ਰੂਪ ਹੋਊਗਾ ਓਏ ਐਂ ਥੋੜੀ ਹੁੰਦਾਗਾ ਉਹ ਬਸ ਕਰੋ ਕੀ ਤੁਹਾਡੇ ਦੋਨਾਂ ਨੇ ਕਾਟੋ ਕਲੇਸ਼ ਲਾਇਆ ਵੀਰਾ ਬਣ ਕੇ ਮੈਨੂੰ ਐ ਦੱਸ ਦੋ ਪਹਿਲਾਂ ਹੁਣ ਕੌਣ ਚੱਲੂਗਾ ਮੈਂ ਥੱਕੀ ਵੀ ਆ ਪਹਿਲੇ ਸਵੇਰ ਦੀ ਚੱਲ ਫਿਰ ਹੁਣ ਤਾਂ ਮੈਂ ਹੀ ਦਬਾ ਲੈਣਾ ਉਹ ਮੈਂ ਵੀ ਰਹਿ ਗਿਆ ਤੇ ਮੈਂ ਤਾਂ ਮੈਂ ਰਿਸ਼ਤੇ ਜਾਣਾ ਬਈ ਨਹੀਂ ਤਾਂ ਮੈਂ ਕੱਲ ਨੂੰ ਜਾਣਾ ਸੀਗਾ ਮੈਂ ਕੰਮ ਲੈ ਲੈ ਰੈਂਟ ਤਾਂ ਯਾਰ ਮੈਂ ਬਾਣ ਹੋਣਾ ਜਾ ਕੇ ਨਹੀਂ ਨਹੀਂ ਮੈਂ ਪਹਿਲਾਂ ਤਾਂ ਦਬਾਉਂਗਾ ਯਾਰ ਉਹ ਜੀ ਜਾ ਮੈਂ ਪਹਿਲਾਂ ਐਸੇ ਨਹੀਂ ਦਬਾਉਂਗਾ ਯਾਰ ਜਾਓ ਯਾਰ ਫਿਰ ਮੈਂ ਚੱਲ ਚੱਲ ਤੂੰ ਬਹਿ ਜਾ ਹੁਣ ਤੂੰ ਆਰਾਮ ਕਰ ਸੁਣਾਓ ਕੰਮ बैठने ਕੀ ਹੋ ਗਿਆ ਮੈਂ ਤਾਂ ਆਪੇ ਬੜੇ ਕੁੜੀਆਂ ਮਾਰ ਲਾਂ ਮੈਂ ਕਿਹਾ ਤੂੰ ਬੈਠ ਪਈ ਜਾਂ ਸਾਰਾ ਉਹਦਾ ਅੱਧਾ ਘੰਟਾ ਕੰਮ ਰਹਿ ਗਿਆ ਉਹ ਨਹੀਂ ਟਾਈਮ ਲੱਗੂਗਾ ਯਾਰ ਮੇਰਾ ਟਾਈਮ ਜਾਣਾ ਰਸਤੇ ਵਿੱਚ ਬਲਾ ਤੂੰ ਮਾਰ ਕੀ ਰਿਹਾ ਹੁਣ ਫਿਰ ਮੈਂ ਨਾ ਲੱਗਿਆ ਆਪਣੇ ਆਪਣੀ ਮਾਰ ਲਾਂ ਉਹ ਕਿ ਅੱਕੇ ਮੈਂ ਆਪੇ ਪਾਣੀ ਮਾਰ ਰਿਹਾ ਨਾ ਇਹ ਵੀ ਗੱਲ ਬਣੀ ਯਾਰ ਭਾਈ ਹੁਣ ਤੂੰ ਕਹਿ ਦੇ ਕਿ ਮੈਂ ਮੁਰਵਾ ਕੜ ਕੇ ਮਾਰ ਯਾਰ ਮੈਂ ਦੇਖ ਲਾਂ ਦੋਨੋਂ ਮੈਂ ਦੇਖ ਲਾਂ ਨਾ ਲੱਗਿਆ ਮੈਂ ਆਪੇ ਮਾਰ ਲਾਂ ਛੱਡ ਦੇ ਪਾਣੀ ਪੁਣੀ ਯਾਰ ਦੇਖ ਕੇ ਚੱਲ ਚੰਗਾ ਭਾਈ ਆਹ ਤੇ ਲੋਕ ਵੀ ਪਾਣੀ ਠਾਕੀ ਨੇ ਓਏ ਹੋਏ ਜੇ ਕੁੜੀ ਨੇ ਵੀਰਾ ਕਹਿਤਾ ਮਿੰਟ ਜੀ ਬਾਅਦ ਕੇ ਮਿੰਟ ਜੀ ਹਲਦੇ ਕਾਨੂੰ ਹਿੱਤ ਮੌਣ ਤੋਂ ਬਾਅਦ ਨੇ ਸਵਾਦ ਲੈਣੇ ਹੁੰਦੇ ਉਹਰੇ ਮਾਨ ਆਪਣਾ ਲਿਖ ਧੋਕਾ ਪੁੱਤਰੋ ਹੋਰ ਤੂੰ ਵੇਖਿਆ ਬੈਰੰਗਾ ਹਾਂਜੀ ਹਾਂਜੀ ਚਾਚਾ ਜੀ ਹੋਰ ਠੀਕ ਹੋ ਹਾਂ ਠੀਕ ਹੋ ਬੱਤ ਵਧੀਆ ਠੀਕ ਹੋਰ ਠੀਕ ਹੋ ਹਾਂ ਹਾਂ ਚਾਹ ਪਾਣੀ ਸੇਵਾ ਦੱਸੋ ਬਸ ਮਿਹਰਬਾਨੀ ਬਾਬੇ ਕੀ ਬਣਾ ਰਹੇ ਹੋ ਉੱਤੇ ਕੰਮ ਪੂਰਾ ਚੱਲਦਾ ਨੌਰੋ ਮਾਰ ਆਪਣਾ ਤਾਂ ਚਲੋ ਵਧੀਆ ਗੱਲ ਪਰਮਾਤਮਾ ਦੀ ਕਿਰਪਾ ਨਾਲ ਚੱਲਣਾ ਚਾਹੀਦਾ ਜੀ ਉਹ ਪੁੱਤ ਹੁਣ ਆਜ ਨਾ ਸਾਡਾ ਕਿ ਪੰਨਾ ਸਮਾਨ ਨਾਲ ਸਾਡਾ ਸਮਾਨ ਵੀ ਮੁਵਾ ਕੇ ਰੱਖੋ ਸਮਾਨ ਬਥੇਰਾ ਚਾਚਾ ਜੀ ਸਾਡਾ ਕੰਮ ਤਾਂ ਦਿਨ ਰਾਤ ਚੱਲਦਾ ਬਹੁਤ ਵਧੀਆ ਜੀ ਬਹੁਤ ਬਹੁਤ ਮੈਨੂੰ ਵੀ ਕੱਲੀ ਵਾਣਾ ਪ੍ਰੈਸ਼ਰ ਮਾਰਨਾ ਪੈਂਦਾ ਸਾਰਾ ਸਮਾਨ ਬਥੇਰਾ ਹੀ ਜਿਵੇਂ ਗੱਡੀ ਪਾਸ ਹੋ ਗਈ ਹਾਂਜੀ ਤੇ ਪੁੱਲਾ ਸਾਰਾ ਸਮਾਨ ਮੁਵਾ ਕੇ ਰੱਖੋ ਬਿਲਕੁਲ ਪੁੱਲਾ ਫੁੱਲ ਹੋ ਸਮੇਂ ਆ ਕੱਢ ਸਮਾਨ ਬਾਈ ਦਾ ਮਗਲ ਆਇਲ ਕੱਢ ਦੇ 10 ਲੀਟਰ ਤੇ ਗਰੀਸ ਕਰ ਦੇ ਕਿਲੋ ਹਵਾ ਦਾ ਫਿਲਟਰ ਕੱਢ ਦੇ ਤੇ 2 ਸੀਲਾਂ ਕੱਢ ਦੇ ਬਸ ਕੋਈ ਨਾ ਤੂੰ ਰੇਟ ਨਹੀਂ ਫਿਕਰ ਨਾ ਕਰ ਤੈਨੂੰ ਆ ਜਾਇ ਰੇਟ ਲੱਗੂ ਬੇ ਫਿਕਰ ਲੈ ਜਾ ਕੋਈ ਗੱਲ ਨਹੀਂ ਤੂੰ ਲੈ ਜਾ ਬਸ ਤੇਰੇ ਨਾਲ ਸਾਡਾ ਕੋਈ ਉਹ ਨਹੀਂ ਤੂੰ ਬਸ ਤੈਨੂੰ ਰੇਟ ਜਾਇ ਲੱਗੂ ਕੋਈ ਗੱਲ ਨਹੀਂ ਆ ਇਹ ਨਾ ਸੀਗਾ ਦੇ ਬਸ ਬਹਿ ਜਾ ਲੈ ਜੂ ਮੈਂ ਤਾਂ ਉੱਥੇ ਯਾਰ ਨਰਾ ਸੀ ਇੰਨਾ ਕੀ ਦੱਸਾਂ ਯਾਰ ਤੋੜ ਦੋ ਲੋਕੀ ਮੈਨੂੰ ਆਉਂਦੇ ਉੱਥੇ ਸਮਝ ਨਹੀਂ ਆਉਂਦੀ ਮੈਨੂੰ ਆਇਆ ਆ ਕੇ ਮੁੜਦੇ ਲੋਕ ਉਹਦਾ ਉੱਥੇ ਆਉਣਾ ਆਉਂਦਾ ਉੱਥੇ ਵੀ ਕਾਰਨ ਕੀ ਹੈ ਮਤਲਬ ਸਮਾਨ ਕੱਢੇ ਲੈ ਜੂੰ ਮੈਂ ਦੇਖ ਲਿਆ ਕਿ ਉੱਥੇ ਕੀ ਕਾਰਨ ਕੀ ਉੱਥੇ ਸਮਝ ਨਹੀਂ ਆਉਂਦੀ ਕਾਰਨ ਤਾਂ ਹੀ ਬਸ 15 ਕਿ ਦਿਨਾਂ ਦਾ ਕਾਰਨ ਹੈ ਜੀ ਬਸ ਅੱਛਾ ਅੱਛਾ ਹਾਂਜੀ ਹਾਂ ਚਲੋ ਕੋਈ ਨਾ ਦੱਸ ਦੇ ਬਰ ਠੀਕ ਹੈ ਜੀ ਸੰਦੀਪ ਭਾਈ ਤੇਰੇ ਨਾਲ ਯਾਰ ਕਿਰਾਏ ਕਰਨ ਤੂੰ ਆਏ ਦੇਖਾ ਚਾਚੇ ਦਾ ਕੰਮ 15 ਦਿਨ ਪਹਿਲਾਂ ਕਿਵੇਂ ਚੱਲਦਾ ਸੀ ਚਾਚਾ ਮੱਖੀਆਂ ਮਾਰਦਾ ਸੀ ਜਿੱਦੇ ਦੀ ਉਹ ਕੁੜੀ ਰੱਖੀ ਆ ਉਹ ਤੱਕ ਟਰੈਕਟਰਾਂ ਦੀ ਲਾਈਨ ਲੱਗੀ ਪਈ ਆ ਪੂਰਾ ਟੌਪ ਤੇ ਚੱਲਦਾ ਕੰਮ ਮੈਂ ਤੇਰੇ ਨਾਲ ਇਹ ਕਰਾਏ ਕਰਨੀ ਸੀ ਵੀ ਫਿਰ ਆਪਾਂ ਨੂੰ ਕੁੜੀਆਂ 2 ਰੱਖਣੀਆਂ ਪੈਣਗੀਆਂ ਆਪਾਂ ਕਿਵੇਂ ਰੱਖ ਸਕਦੇ ਆ ਆਪਣਾ ਕੰਪਾਈਨਰ ਦਾ ਸਮਾਨ ਇੰਨਾ ਭਾਰੀ ਆ ਉਹ ਨਹੀਂ ਯਾਰ ਭਾਰੀ ਨੂੰ ਕਿ ਮੇਰੀ ਗੱਲ ਸੁਣ ਜਦੋਂ ਕੁੜੀਆਂ ਰੱਖੀਆਂ ਹੋਈਆਂ ਉਹ ਜਾ ਕੇ ਕਹਿਣਗੇ ਜੀ ਆਹ ਸਮਾਨ
ਬਾਈ ਗਾਹ ਟਾਪੀ ਚੱਕ ਕੇ ਉਰੇ ਲੈ ਕੇ ਆਇਆ ਗੁਰੂ ਨਹੀਂ ਨਹੀਂ ਮੇਰੀ ਗੱਲ ਸੁਣ ਲਾ ਲੈਣਾ ਲੱਗ ਜਾਣੀਆਂ ਕੰਮ ਦੀਆਂ ਬਣਾਟਰ ਤੋਂ ਨਹੀਂ 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 ਉਹ ਯਾਰ ਤੂੰ ਕਿਉਂ ਨੀ ਮੰਨਦਾ ਚੰਡੀਗੜ੍ਹ ਜਾ ਕੇ ਦੇਖ ਵੱਡੇ ਸਾਰੇ ਸਾਰੇ ਹਾਈ ਲੈਵਲ ਤੇ ਆ ਆਪਾਂ ਵੀ ਹਾਈ ਲੈਵਲ ਨੀ ਕਰਨਾ ਸਮਾਨ ਆਪਣਾ ਬਥੇਰਾ ਵਿਕਦਾ ਉਹ ਯਾਰ ਨਹੀਂ ਵਿਕਦਾ ਯਾਰ ਆਪਣਾ ਕੰਮ ਦੁੱਗਣਾ ਵੀ ਪੈਸੇ ਦੇਣ ਦਾ ਕੰਮ ਆ ਤੈਨੂੰ ਪੈਸੇ ਦੇਣ ਨਾਲ ਹੀ ਮਸ਼ੀਨ ਲਾਉਣੀ ਪਊ ਇੱਥੇ ਬੈਠੇ ਨੂੰ ਪੈਸੇ ਮਸ਼ੀਨ ਨਾਲ ਗਿਣਿਆ ਕਰੇਗਾ ਤੂੰ ਅੱਛਾ ਤੂੰ ਮੇਰੀ ਗੱਲ ਸੁਣ ਜਦੋਂ ਜਾ ਕੇ ਉਧਰ ਕਹਿੰਦਾ ਜੀ ਗਰੀਸ ਕਿਲੋ ਲੈ ਲਓ ਜੀ ਠੀਕ ਆ ਉਹ ਕੁੜੀ ਨੇ ਕਹਿੰਦਾ ਜੀ ਦੋ ਦੀ ਪੈਕਿੰਗਾ ਬਾਈ ਅਗਲਾ ਦੋ ਕਿਲੋ ਗਲੀਸ ਲੈ ਕੇ ਆਇਆ ਮੈਂ ਕਿਵੇਂ ਲੋਟ ਆਊ ਆਪਣਾ ਕੰਮ ਉਹ ਆਖਿਆ ਜਦੋਂ ਤੂੰ ਤੂੰ ਮੰਨਦਾ ਹੀ ਨਹੀਂ ਯਾਰ ਗੱਲ ਨੂੰ ਤੂੰ ਰਹਿਣ ਦੇ ਯਾਰ ਨਹੀਂ ਨਹੀਂ ਯਾਰ ਲੋਟ ਆਊਗਾ ਆਪਣਾ ਤੂੰ ਮੇਰੀ ਗੱਲ ਸੁਣ ਆ ਚਾਚੇ ਦੇ ਨਹੀਂ ਚੱਲਦਾ ਕੰਮ 15 ਚਾਚਾ ਤੇਰਾ ਮਾਰੋ ਗਾ ਚੱਲਦਾ ਕੰਮ ਬਸ ਫਿਰ ਅਹੀਂ ਆਪਣੇ ਚੱਲੂ ਤੈਤੋਂ ਨੋਟ ਸਾਹਮਣੇ ਨਹੀਂ ਜਾਣੇ ਮੰਨਦਾ ਗੱਲ ਠੀਕ ਆ ਕੀ ਮਨ ਮੰਨਦਾ ਤੇਰਾ ਭਈ ਮੇਰਾ ਤਾਂ ਮਨ ਮੰਨਦਾ ਨਹੀਂ ਤੇਰੀ ਮਰਜ਼ੀ ਆਪਦੀ ਮੇਰਾ ਤਾਂ ਮਨ ਫਿਰ ਮੰਨੀ ਪਿਆ ਅੱਛਾ ਹਾਂ ਫਿਰ ਮੈਂ ਤਾਂ ਆਪਦੇ ਮਨ ਮਰਜ਼ੀ ਨਾਲ ਆਪ ਹੀ ਕਰ ਦੂੰਗਾ ਜੀ ਕੋਈ ਗੱਲ ਨਹੀਂ ਠੀਕ ਆ ਠੀਕ ਆ ਤੇਰੀ ਉਹ ਭਾਣ ਦੀ ਇੱਥੇ ਟਰੱਕ ਵੀ ਆਉਣ ਲੱਗ ਗਿਆ ਓਏ ਵੱਡਾ ਕੰਮ ਆਪਣਾ ਵੀ ਕੰਮ ਹੁਣ ਤਾਂ ਹੀ ਚੱਲੂ ਯਾਰ ਮੈਂ ਕਿਹਾ ਕਾਹਨੂੰ ਕਹਿਣਾ ਨਜ਼ਾਰਾ ਆਜੂ ਲੈ ਵੀ ਕਾਲਾ ਸਿਆ ਨਜ਼ਾਰਾ ਆਜੂ ਜਦੋਂ ਤੜਕੇ ਨਾ ਧੋ ਕੇ ਦੁਕਾਨ ਤੋਂ ਆਇਆ ਕਰਾਂਗੇ ਉੱਧਰੋਂ ਘਰੋਂ ਬਸ ਇੱਧਰੋਂ ਸਰੂਟ ਇੱਧਰੋਂ ਸਰੂਟ ਉੱਧਰ ਇੱਕ ਲਵਾ ਲਾਂਗੇ ਬੈੱਲ ਬੈੱਲ ਲਵਾ ਕੇ ਜਦੋਂ ਪਹਿਲੀ ਬੈੱਲ ਮਾਰੀ ਲਓ ਜੀ ਜੂਸ ਪਹਿਲੀ ਦੂਜੀ ਬੈੱਲ ਮਾਰੀ ਲਓ ਜੀ ਚਾਹ ਕੌਫੀ ਬਾਕੀ ਰਾਜਿਆਂ ਵਾਲੀ ਫੀਲਿੰਗ ਆਜੂ ਆਹਾਂ ਹਾਂ ਹੁਣ ਤਾਂ ਫਿਰ ਦੋ ਚਾਰ ਕੱਪੜੇ ਸੁਣਾ ਹੀ ਲਈਏ ਫਿਰ ਆਪਾਂ ਕਿਹੜਾ ਹੁਣ ਕੰਮ ਕਰਨਾ ਬਈ ਲਿਬੜਨਾ ਆਪਾਂ ਨੇ ਨਹੀਂ ਮੌਜਾਂ ਪਾ ਕੇ ਆਈ ਕਿ ਬੈਠੇ ਹੀ ਆ ਬਸ ਖਸਮ ਨਾ ਮੈਨੂੰ ਲੱਗਦਾ ਮੈਥੋਂ ਸਿਆਪਾ ਗਲਤ ਛੱਡ ਗਿਆ ਮਨਾ ਤੜਕੇ 9 ਵਜੇ ਚੱਲਾਂ ਮੈਂ ਪਿੰਡੋਂ ਮੈਂ 12 ਵਜ ਗਏ ਕਿਲੋਮੀਟਰ ਇੱਕ ਕੱਢਿਆ ਅਧੀਏ 2 ਲੱਗ ਗਏ ਮੇਰੇ ਘੁੱਟ ਹੋਰ ਪੀ ਲੈਣ ਦੇ ਮੈਨੂੰ ਐਂ ਲੱਗਦਾ ਹੋਰ ਨਾ ਤਾਂ ਸਿਆਪਾ ਖੜਾ ਹੋ ਜੇ ਤਬਾਹ ਕੀ ਪੀਊ ਦੇਖੀ ਜਾਊ ਦੇਖਣਾ ਚੜ ਕੇ ਮਾੜੇ ਜਾਏ ਤਾਂ ਫਿਰ ਬਾਤ ਕੱਢੀ ਨਹੀਂ ਜਾਣੀ ਟਰੱਕ ਥੱਲੇ ਨਾ ਆਈਏ ਭੈਣ ਦੀ ਮਰਾਇਆ ਖੜ ਕੇ ਹਜੇ ਚੜਾਂਗੇ ਤਾਂ ਹਾਂ ਮੈਂ ਤੋਰ ਕੇ ਲੈ ਜਾਣਾ ਬਾਬਾ ਮੁੱਲ ਪੈ ਗਿਆ ਓਏ ਡਿਸਕੋਰਾ ਮਾਰਦੀ ਹੈ ਚਮਕਾ ਦੇ ਬੱਗੀ ਨੂੰ ਆ ਗਿਆ ਚੱਲ ਹੋਰ ਹੈ ਓਏ ਜਮਾਂ ਦੁੱਧ ਵਰਗੀ ਪਈ ਆ ਪਤਾ ਨਹੀਂ ਕੀ ਖਾਂਦੀ ਹੈ ਜਮਾਂ ਪਈ ਆ ਚਿੱਟ ਚਿੱਟੀ ਹੈਪੀ ਸਾਡੇ ਬਾਬੇ ਦਾ ਫੋਟੋ ਹੁੰਦੇ ਨੇ ਤੂੰ ਕੀ ਕੰਮ ਕੀ ਕਰਦਾ ਰਹੇ ਗਲਤੀ ਮੰਨ ਲਈ ਗਲਤੀ ਹੋ ਗਈ ਹੋ ਜਾਂਦੀ ਹੈ ਬੰਦੇ ਤੋਂ ਐਂ ਕਰ ਆਪਣਾ ਉਹ ਤਬਾਓ ਬਾਰੇ ਕੀ ਹੈਗਾ ਤਬਾਓ ਕੀ ਕਿੱਥੇ ਇਕੱਲਾ ਸਾਈਕਲ ਖੜਾ ਹੋਰ ਕੀ ਹੈਗਾ ਉਹ ਬਸ ਸਾਈਕਲ ਤਬਾਓ ਉਹ ਤੇਰਾ ਦਿਮਾਗ ਟਿਕਾਣੇ ਤੇ ਹੈਗਾ ਕਿਉਂ ਜਹਾਂ ਆ ਜਾ ਮੇਰਾ ਦੱਸ ਕੀ ਉਹ 2 ਬਾਟੇ ਕਰੀ ਮਰੀ ਇਹਦੇ ਤੋਂ ਉਹ ਨਾਲ ਪਿਆ ਸੀ ਤੂੰ ਇਹ ਕਿੰਨਾ ਜਬ ਆ ਜਾਵਦਾ ਕੀ ਗੱਲ ਹੈ ਇਹ ਖਲ ਗਈ ਹੈ ਸਾਡੇ ਉਹ ਤੇਰੇ ਘਰ 20 ਵਾਰ ਲਾਂਬੇ ਦੇ ਗਈ ਉਹ
ਕਹਿੰਦੀ ਹਾਂ ਹਾਂ ਕਹਿੰਦੀ ਸਾਡਾ ਹੱਥ ਜਿਹੜਾ ਕਿਉਂ ਧੁੱਖ ਦਿੰਦੇ ਹੋ ਕਹਿੰਦੇ ਟੁੱਟੇ ਹੋਏ ਨੇ ਆਪ ਧੋਊਗਾ ਆਪਦਾ ਬਈ ਆਪ ਧੋ ਜਾ ਕੇ ਨਾ ਮੇਰੀ ਘਰ ਤੂੰ ਬੜੀ ਗੱਲ ਮਾਰਦਾ ਹੋਇਆ ਤੂੰ ਮੇਰੇ ਨਾਲ ਗੱਲ ਕਰਦੇ ਸੀ ਨਾ ਪੈਸੇ ਪਰ ਪੈਸੇ ਪੰਜ ਵਾਰ ਟੇਡਰ ਦਬਾ ਕੇ ਲੈ ਗਿਆ ਹੈ ਦੋ ਵਾਰ ਮੋਟਰਸਾਈਕਲ ਧੋਤਾ ਹੈ ਕਿੰਨੇ ਪੈਸੇ ਨੇ ਭਲਾ ਰੁਪਈਆ ਧਰਿਆ ਉਹ ਰੱਖ ਕੇ ਕਦੇ ट्रैक्टर डेढ़ सौ रुपए तेरा मोटर मोटरसाइकिल सारी मार्केट खराब कर रखी है बाजा बाजा रख गए कुड़ी बड़ी बने खड़ा है वे कहते कुड़ी नहीं देखी सी कच्चा काका मैं भी नहीं पुत्र इतने फिर तू तबाह की लेके जाऊ कच्चा गिला तो हूं मैं होगी जाऊ ऐ नहीं यार बैठी ना वो नहीं सत्त किसी रोटा ऐ करना वो साहब जी पैसे मैं जमा काउंटर ते करा दें जरा थोड़े मालक नु पैदा साइकिल धोई दे हां जी एहे धोना आपा दा ही है साइकिल सुंग पुल जी इथे धोईंदी है अखटारे दे इथे धोओगे तुसी आ दो डब्बे आप ही मार लो आ गल नहीं कहनी तेरी आ गल कहदी ना तुसी ने तुसी ऐ करो फिर मैं ना बैठो इदे मूरे ऐ सिंगरूर ऐ पंजा दांगे तो थोड़ा दिमाग खराब होया मैं गलत कपड़े को मच के जे आना फोड़े पवा दे मना निकल दे
10 मिनट हो गए मैंने उरे खड़ी नु, अब तक बस क्यों नहीं आई? टाइम भी वाह वाह हो जांदा। मैं कहा सी भाई नु कि तुम्हें पहला जाना, मेरी स्कूटी पंचर हो गई, मैं स्कूटी ते नहीं बस ते जाना। केड़ा सुनदे ने, इन्हां नु तां बस दे कम तक ही मतलब है। कोई गल नहीं जी, आप 15 मिनट तक दूजी बस आ जाओ, ओदे वाग जाऊं मैं। बस दे तो उनकी रूट ही नहीं, तो मौसम खराब, एक कवेला हुई अंदा उत्तों लेडी ना ना मैं तो नहीं चले जाना, मैं छड़े हो ना। नहीं जी, मैं आप ही वालजू। इधर कितने चले जाएंगे? बस से जाऊँ, और कितने जाऊँ? बस से तो कोई रूट ही नहीं। कोई गल नहीं, कोई मिल जूगी, मैं देख लूँगा। तुझे गल फॉलो क्यों नहीं करते? लो बस आ भी गई, वही कही जाने से बस नहीं आती, बस नहीं आई। साले दी मसा तां अज दस दिन बाद बोलन दी हिम्मत पई थी, साले ठा बस रोक ली। चल मना, मैं तो करा कि फीलदारी के काम क्या महाराज बट के की खटे काम च गए ना ना। चलो भाई सोहनी बड़ी लगती, मैं गल कर चौंती वाली गल झूठ ही है। ਤੇਰੇ ਨਾਲ ਗੱਲ ਤਾਂ ਮੈਂ ਚੰਗੀ ਕਰਾਉਣੀ ਆ ਆਪਦੀ ਸਾਦੀ ਆ ਵੀਰੇ ਵੀਰੇ ਆਈ ਮਾੜਾ ਜਾ ਚੱਕ ਲੈ ਡਾਂ ਕੰਜਰਾਂ ਨੇ ਜਿਉਣਾ ਦੁਬਰ ਕਰ ਰੱਖਿਆ ਆ ਜਿੱਦਣ ਦੇ ਮੈਂ ਕਾਰ ਵਾਸ਼ ਤੇ ਲੱਗੀ ਆ ਨਾ ਕੰਜਰ ਹੁਣ ਤਾਂ ਘਰੇ ਦੇ ਆਉਣ ਲੱਗੇ ਤੇ ਤਾਂ ਖੜ ਕੇ ਦੇਖਦੇ ਹੀ ਦੇਖਦੇ ਸੀ ਮੈਨੂੰ ਲੱਗਾ ਹੁਣ ਤਾਂ ਮੈਨੂੰ ਬਈ ਨਾਲ ਗੱਲ ਕਰਨੀ ਪੈਣੀ ਆ हेलो वीरे मैं नहीं आ रही गल तो काम ते बस मैं कहता मैंने नहीं आना नहीं आना मैनू भी चाहिए थोड़े पैसे आपदे आपदे कोल ही रखो पैसे